ਬਜਿੰਦਰ ਠਾਕੁਰ ਉਮਰ 47 ਸਾਲ ਅੱਧੇ ਚੜ ਗਏ ਅੱਧੇ ਰਹਿ ਗਏ ਮੇਰੇ ਸਿਰ ਦੇ ਬਾਲ ਬੋਲ ਮੈਂ ਸਹੀ ਸਕਦਾ ਹਾਂ ਘਰ ਵਾਲੀ ਨਹੀਂ ਹੈ ਨਾਲ ਜੇਕਰ ਇਜਾਜ਼ਤ ਹੋਵੇ ਤਾਂ ਕਰੀਏ ਆਪਣਾ ਕਮਾਲ ਕੁਛ ਸੁਣਾਣੇ ਸੇ ਪਹਿਲੇ ਸੁਣਾ ਦੂੰ ਸ਼ਾਦੀ ਸ਼ੁਦਾ ਹੂੰ ਬਤਲਾ ਦੂੰ ਵੈਸੇ ਤੋ ਅੰਦਾਜ਼ਾ ਆਪਨੇ ਮੇਰੇ ਬਾਲੋਂ ਸੇ ਲਗਾ ਲਿਆ ਹੋਗਾ ਯੇ ਬੰਦਾ ਕਵੀ ਹੋ ਨਾ ਹੋ ਸ਼ਾਦੀ ਸ਼ੁਦਾ ਜ਼ਰੂਰ ਹੋਗਾ ਪਰ ਆਪ ਮੇਰੇ ਬਾਲੋਂ ਪੇ ਮਤ ਜਾਣਾ ਨਾ ਹੀ ਮੇਰੀ ਉਮਰ ਕਾ ਅੰਦਾਜ਼ਾ ਲਗਾਣਾ ਬਹੁਤ ਛੋੜੂ ਹੂੰ ਦੂਰ ਤੱਕ ਛੋੜਦਾ ਹੂੰ ਬਹੁਤ ਛੋੜੂ ਹੂੰ ਦੂਰ ਤੱਕ ਛੋੜਦਾ ਹੂੰ ਕਮੀਨਾ ਹੈ ਦਿਲ ਹਰ ਜਗ੍ਹਾ ਫੋੜਦਾ ਹੂੰ ਬਹੁਤ ਛੋੜੂ ਹੂੰ ਦੂਰ ਤੱਕ ਛੋੜ ਅਰੇ ਭਾਈ ਸਾਹਿਬ ਅਰੇ ਭਾਈ ਸਾਹਿਬ ਆਪ ਤੋਂ ਬੈਠ ਜਾਈਏ ਹਾਂਜੀ ਹਾਂਜੀ ਆਪ ਹੀ ਤੋਂ ਬੋਲ ਰਹਾ ਹੂੰ ਬੈਠੇ ਭਗਵਾਨ ਨੇ ਖੜੇ ਹੋਣੇ ਕੇ ਲਿਏ ਕੁਛ ਦਿਆ ਤੋ ਬੈਠਣੇ ਕੇ ਲਿਏ ਵੀ ਕੁਛ ਦਿਆ ਹੋਗਾ ਬਹੁਤ ਛੋੜੂ ਹੂੰ ਦੂਰ ਤੱਕ ਛੋੜਦਾ ਹੂੰ ਕਮੀਨਾ ਹੈ ਦਿਲ ਹਰ ਜਗ੍ਹਾ ਫੋੜਦਾ ਹੂੰ ਵੋ ਚਾਹੇ ਵੋ ਨੀ ਜੀ ਵੋ ਚਾਹੇ ਤੋ ਪਲ ਵੀ ਤੋੜ ਕੇ ਮੇਰਾ ਦਿਲ ਪਰ ਮੈਂ ਕਿਸੀ ਹਾਲ ਮੈਂ ਕਿਸੀ ਕਾ ਨਹੀਂ ਤੋੜਦਾ ਪਹਿਲੀ ਗਰਲਫ੍ਰੈਂਡ ਔਰ ਨਹੀਂ ਭਾਈ ਜਾਤੀ ਨਹੀਂ ਭੁਲਾਈ ਬਾਪੂ ਕੀ ਉਸ ਸਮੇਂ ਖੂਬ ਉਡਾਈ ਦੀ ਕਮਾਈ ਆਜ ਜਬ ਮੇਰਾ ਬੇਟਾ ਮੁਝਸੇ ਬਾਈਕ ਲੈਣੇ ਕੀ ਬਾਤ ਕਰਤਾ ਹੈ ਪੈਸੇ ਝਾੜ ਕੇ ਨਹੀਂ ਲਗਤੇ ਬੇਟਾ ਬਾਤ ਸਮਝ ਮੈਂ ਆਈ ਹਮ ਤੋ ਉਸ ਸਮੇਂ ਮੰਦਿਰ ਜਾਇਆ ਕਰਤੇ ਥੇ ਏਕ ਦੇਵੀ ਕੇ ਚੱਕਰ ਮੈਂ ਕਈ ਚੱਕਰ ਲਗਾਇਆ ਕਰਤੇ ਥੇ ਆਪਕੀ ਤਰ੍ਹਾਂ ਨਹੀਂ ਕਰਦੇ ਥੇ ਯੂ ਲੰਬੀ ਲੰਬੀ ਲੌਂਗ ਡਰਾਈਵ ਬਸ ਇਸੀ ਮਲਾਲ ਕੀ ਵਜ੍ਹਾ ਸੇ ਨਹੀਂ ਦਿਲਾਈ ਉਸਕੋ ਬਾਈਕ ਪਰ ਫਿਰ ਸੋਚਦਾ ਹੂੰ ਉਸਮੇ ਉਸਕਾ ਕਸੂਰ ਕਿਆ ਹੈ ਨਾ ਹੋਤੀ ਮੇਰੇ ਪਾਸ ਬਾਈਕ ਨਾ ਪੈਦਾ ਹੋਤਾ ਯੇ ਨਲਾਇਕ ਪਰ ਆਪਣੀ ਕਾਬਲੀਅਤ ਮੈਂ ਛੁਪਾ ਨਹੀਂ ਸਕਦਾ ਐਸਾ ਨਹੀਂ ਕਿ ਉਸਕੋ ਬਾਈਕ ਦਿਲਾ ਨਹੀਂ ਸਕਦਾ ਪਰ ਆਪਣੀ ਕਾਬਲੀਅਤ ਮੈਂ ਛੁਪਾ ਨਹੀਂ ਸਕਦਾ ਐਸਾ ਨਹੀਂ ਕਿ ਉਸਕੋ ਬਾਈਕ ਦਿਲਾ ਨਹੀਂ ਸਕਦਾ ਚਲੋ ਮਾਨ ਲਿਆ ਮੈਨੇ ਦਿਲਾ ਦੀ ਉਸਕੋ ਬਾਈਕ ਅਗਰ ਹਫਤੇ 10 ਦਿਨ ਮੇ ਨਾ ਆਈ ਕੋਈ ਸ਼ਿਕਾਇਤ ਤੋ ਫਿਰ ਤੋ ਸਾਈਕਲ ਹੀ ਅੱਛੀ ਕਿਆ ਕਰੇਗਾ ਲੇਕਰ ਬਾਈਕ ਪਰ ਬੇਟਾ ਮੇਰਾ ਮੁਸੇ ਪਰ ਬੇਟਾ ਮੇਰਾ ਮੁਝਸੇ ਦੋ ਕਦਮ ਆਗੇ ਜਾ ਚੁਕਾ ਥਾ ਬਿਨਾ ਬਾਈਕ ਕੇ ਵੋ ਏਕ ਨਹੀਂ ਦੋ ਗਰਲਫ੍ਰੈਂਡਸ ਬਣਾ ਚੁਕਾ ਥਾ ਸਮੇਂ ਔਰ ਸੀਮਾ ਕੇ ਚੱਕਰ ਮੇ ਬਾਈਕ ਮੁਝਸੇ ਜਾਤਾ ਥਾ ਆਪਣੇ ਕਿਸੀ ਵੀ ਕਾਰਯ ਸੇ ਵੋ ਲੇਟ ਨਹੀਂ ਹੋਣਾ ਚਾਹਤਾ ਥਾ ਬਾਤੋ ਹੀ ਬਾਤੋ ਮੈਂ ਮੁਝੇ ਵੋ ਸਮਝਾਨੇ ਲਗਾ ਮੋਬਾਈਲ ਦੋ ਕਾ ਨਹੀਂ ਪਾਪਾ ਤੀਨ ਸਿਮ ਵਾਲਾ ਵੀ ਆਨੇ ਲਗਾ ਅਬ ਪਤਾ ਲਗਾ ਬੇਟੇ ਕਾ ਖਰਚਾ ਕਿਉਂ ਦਿਨ ਬਰ ਦਿਨ ਬੜ ਰਹਾ ਹੈ ਅਬ ਪਤਾ ਲਗਾ ਬੇਟੇ ਕਾ ਖਰਚਾ ਦਿਨ ਬਰ ਦਿਨ ਕਿਉਂ ਬੜ ਰਹਾ ਹੈ ਵਿਚਾਰਾ ਸਲਾਈਡ ਮੇ ਕਿਤਨੀ ਮਿਹਨਤ ਕਰ ਰਹਾ ਹੈ ਬੱਚਾ ਡਿਗਰੀ ਲੈ ਕੇ ਜਾਏਗਾ ਸੋਚੀਏ ਜਬ ਇਹ ਬੱਚਾ ਡਿਗਰੀ ਲੈ ਕੇ ਜਾਏਗਾ ਨਾਮ ਠਾਕੁਰ ਕਾ ਤੋ ਕਰੇਗਾ ਰੋਸ਼ਨ ਸਲਾਈਡ ਕਾ ਵੀ ਚਮਕਾਏਗਾ ਜਬ ਰਾਮ ਨਾਮ ਜਪਨੇ ਸੇ ਫਲ ਅੱਛਾ ਮਿਲ ਜਾਤਾ ਹੈ ਜਬ ਰਾਮ ਨਾਮ ਜਪਨੇ ਸੇ ਫਲ ਅੱਛਾ ਮਿਲ ਜਾਤਾ ਹੈ ਫਿਰ ਆਜ ਕਾ ਨੌਜਵਾਨ ਕਿਉਂ ਯੋ ਹਨੀ ਸਿੰਘ ਆਤਾ ਹੈ ਸਾਡਾ ਹੱਕ ਮੀਕਾ ਸਿੰਘ ਚਿਲਾਤਾ ਰਹਿ ਗਿਆ ਉਧਰ ਬੋਲ ਰਾਮ ਰਾਮ ਜਲੋਟਾ ਜੈਸਲੀਨ ਲੈ ਗਿਆ ਚਲੀਏ ਅਬ ਤਸਵੀਰ ਕੇ ਦੂਸਰੇ ਰੂਪ ਸੇ ਅਵਗਤ ਕਰਵਾਤਾ ਹੂੰ ਸ਼ਾਦੀ ਕੇ ਬਾਅਦ ਕਿਤਨੇ ਹੋਤੇ ਬਹਾਦਰ ਉਨ ਪਤੀਓ ਸੇ ਮਿਲਵਾਤਾ ਹੂੰ
हिंदी कम ही आती है, अंग्रेजी ऊपर से निकल जाती है, पंजाबी में तुक्का लगा लेता हूँ, बीवी की सुनता हूँ और बीवी पे सुना देता हूँ। गलती मेरी थी या नहीं मुझे तो बस इतना पता है, यहाँ 7 वर्ष की नहीं 7 जन्मों की सजा है। और इसका क्या है, ये तो यमराज से प्राण भी वापस ला सकती है, इसकी मर्जी के बिना तो जान भी नहीं जा सकती है। अब देखिए ना, बिना इजाजत पत्नी के कोई ताली नहीं बजा रहा। कितने सुंदर चेहरे, कोई देख कर भी नहीं मुस्कुरा रहा। इसे डर नहीं पत्नी का प्यार कहते हैं, इसे डर नहीं पत्नी का प्यार कहते हैं, और ऐसा प्यार केवल शादीशुदा लोग सहते हैं। रसूख चाहे पत्नी से ना डरने वाला मैंने बना रखा है, रसूख चाहे पत्नी से ना डरने वाला मैंने बना रखा है, मैंने अपनी पत्नी को तीर जैसे सीधा कर रखा है। पर सच्चाई क्या है हम सभी जानते हैं, बाहर चाहे अफसर घर में बर्तन भाजता है। क्या बात है, भाई के लिए ताली लगा दीजिए। बिना शादी के पता है कि घर में क्या होता है। बड़ी सभा में ऐलान करता हूँ, इकलौती है पत्नी जी जान से प्यार करता हूँ। वो तो नीलमा जी के चक्कर में यूं ही आ गया, 2-4 बातें पत्नी खिलाफ सुना गया। पत्नी सुना गया। और आपका भी क्या है, हंसकर चले जाओगे, आज रात खाना खिला दोगे, कल को तो भगाओगे। मैं दिल की बात आम करता हूँ, अगर कोई हो शिकायत पत्नी की सीधा भगवान से करता हूँ। जो लोग चाहते हैं अगले जन्म मिले नई पत्नी उनको, जो लोग चाहते हैं अगले जन्म नई पत्नी मिले उनको, केवल तालियों की उनसे आस करता हूँ।